ਬੱਚਿਆਂ ਵਾਸਤੇ ਬੜਾ ਹੀ ਪਿਆਰਾ ਇਹ ਤਿਹਾਰ ਹੈ ਹੈਲੋਵਿਨ ਦਾ ਬੱਚੇ ਬੜੇ ਸੱਜ ਸੱਜ ਕੇ ਕੈਂਡੀ ਮੰਗਣ ਆਂਦੇ ਨੇ ਪਰ ਥੋੜਾ ਜਿੰਨਾ ਚਿੱਲੀ ਹੋ ਗਿਆ ਹੈ ਵੈਦਰ ਔਰ ਜਿਹੜੀ ਵੈਦਰ ਦੀ ਰਿਪੋਰਟ ਆਈ ਹੈ ਉਸ ਦੇ ਮੁਤਾਬਿਕ 3 ਡਿਗਰੀ ਸੈਂਟੀਗ੍ਰੇਡ ਹੋਏਗਾ ਸ਼ਾਮ ਨੂੰ ਅੱਜ ਦਾ ਤਾਪਮਾਨ ਜਦੋਂ ਬੱਚਿਆਂ ਨੇ ਜਾਣਾ ਹੈ ਟ੍ਰਿਕੋ ਟ੍ਰੀਟਿੰਗ ਵਾਸਤੇ ਅਜੇ ਨਾਲ ਥੋੜੀ ਹਵਾ ਚੱਲੇਗੀ ਹਾਲਾਂਕਿ ਹਵਾ ਬਹੁਤ ਤੇਜ਼ ਨਹੀਂ ਹੈ ਪਰ ਥੋੜੀ ਹਵਾ ਚੱਲਣ ਦੇ ਨਾਲ ਵੀ -4 ਤੱਕ ਤੁਹਾਨੂੰ ਫੀਲ ਹੋਏਗਾ ਇਸ ਕਰਕੇ ਬੱਚਾ ਨੂੰ ਐਕਸਟਰਾ ਲੇਅਰਸ ਪਾ ਕੇ ਜ਼ਰੂਰ ਭੇਜਣਾ ਭਾਵੇਂ ਕਿ ਕੋਸਟਿਮ ਦੇ ਥੱਲੇ ਜਾਂ ਪੋਸਟ ਕੋਸਟਿਮ ਦੇ ਉੱਪਰ ਔਰ ਥੋੜੇ ਬਹੁਤ ਚਾਂਸਸ ਜਿਹੜੇ ਨੇ ਫਲਰੀਜ਼ ਦੇ ਵੀ ਹੈਗੇ ਨੇ ਪਰ ਜ਼ਿਆਦਾਤਰ ਚਾਂਸਸ ਡਰਾਈ ਰਹਿੰਦੇ ਹੀ ਹੈ ਵੈਦਰ ਦੇ ਔਰ ਇੱਕ ਸਰਵੇ ਕੀਤਾ ਗਿਆ ਹੈ ਜਿਸ ਦੇ ਵਿੱਚ ਦੇਖਿਆ ਗਿਆ ਹੈ ਕਿ ਕਿਹੜੇ ਜਿਹੜੇ ਕੈਨੇਡੀਅਨਸ ਨੇ ਉਹ ਟ੍ਰਿਕੋਟ ਰੇਟਿੰਗ ਕਰਨ ਜਾਂਦੇ ਨੇ ਜਾਂ ਡੋਰ ਟੂ ਡੋਰ ਟ੍ਰੈਡੀਸ਼ਨ ਨੂੰ ਫਾਲੋ ਕਰਦੇ ਨੇ ਕਿੰਨੇ ਲੋਕ ਹੈਗੇ ਆ ਜਿਨ੍ਹਾਂ ਨੇ ਕੈਂਡੀਜ਼ ਦੇਣੀਆਂ ਨੇ ਤੇ ਕਿੰ ਇਸ ਤਰ੍ਹਾਂ ਨਾਲ ਇਸ ਹੈਲੋਇਨ ਦੇ ਤਿਉਹਾਰ ਵਿੱਚ ਪਾਰਟਿਸਪੇਟ ਕਰਨਾ ਹੈ ਬਹੁਤ ਹੀ ਤੌਰ ਤੇ ਦੇਖਿਆ ਗਿਆ ਇਸ ਸਰਵੇ ਦੇ ਵਿੱਚ ਕਿ ਯੰਗਰ ਜਿਹੜੇ ਕੈਨੇਡੀਅਨਸ ਹੈਗੇ ਜਿਨ੍ਹਾਂ ਦੀ ਉਮਰ 18 ਤੋਂ ਲੈ ਕੇ 34 ਸਾਲ ਤੱਕ ਦੀ ਹੈਗੀ ਹੈ ਉਹਨਾਂ ਨੂੰ ਜਿਆਦਾ ਉਹਨਾਂ ਨੇ ਡੋਰ ਟੂ ਡੋਰ tradiition ਨੂੰ ਫਾਲੋ ਕਰਨਾ ਹੈ ਔਰ ਜਿਆਦਾ ਉਹਨਾਂ ਨੇ ਜਿਹੜਾ ਹੈ ਇਸਤਿਹਾਰ ਨੂੰ ਮਨਾਣਾ ਹੈ ਔਰ ਬਾਕੀ ਜਿਹੜੇ ਨੇ ਡੋਰ ਦੇ ਪਿੱਛੇ ਬੈਠ ਕੇ ਟ੍ਰੀਟਸ ਦਿੰਦੇ ਨੇ ਉਹਨਾਂ ਦਾ ਵੀ ਬੜਾ ਰੋਲ ਹੈ ਇਸ ਤਿਹਾਰ ਨੂੰ ਮਨਾਉਣ ਵਾਸਤੇ ਔਰ ਪੁਲਿਸ ਨੇ ਬਾਰ-ਬਾਰ ਹਰ ਸਾਲ ਇਸ ਗੱਲ ਵਾਸਤੇ ਰਿਮਾਈਂਡ ਕਰਾਉਂਦੇ ਨੇ ਕਮਿਊਨਿਟੀ ਨੂੰ ਕਿ ਜਦੋਂ ਟ੍ਰਿਕ-ਔਰ-ਟ੍ਰੀਟਿੰਗ ਦਾ ਟਾਈਮ ਆਂਦਾ ਹੈ ਤੇ ਕਿਸ ਤਰ੍ਹਾਂ ਸੇਫ ਹੈਲੋਵਿਨ ਹੋਏ ਇਸ ਕਰਕੇ ਕੇਅਰ ਗਿਵਰਸ ਨੂੰ ਵੀ ਚਾਹੇ ਕਿ ਪੇਰੈਂਟਸ ਨੇ ਗਾਰਡੀਅਨਸ ਨੇ ਔਰ ਇਸ ਦੇ ਨਾਲ-ਨਾਲ ਡਰਾਈਵਰਸ ਨੂੰ ਵੀ ਦੱਸਿਆ ਜਾਂਦਾ ਹੈ ਕਿ ਤੁਸੀਂ ਇਸ ਤਿਹਾਰ ਦੌਰ ਇਟ ਮਸਟ ਬੀ ਨੋ ਔਰ ਹੈਲੋਵਿਨ ਜਿਹੜੇ ਟ੍ਰੀਟਸ ਨੇ ਉਹ ਜਦੋਂ ਬੱਚਿਆਂ ਨੇ ਲੈਣ ਜਾਣਾ ਹੈ ਤਾਂ ਬੱਚਿਆਂ ਨੂੰ ਰਿਫਲੈਕਟਿਵ ਕਪੜੇ ਪਾਉਣੇ ਪੈਣਗੇ ਤਾਂ ਕਿ ਇਹ ਬੱਚੇ ਜਿਹੜੇ ਦੂਰੋਂ ਵੀ ਨਜ਼ਰ ਆ ਸਕਣ ਕਿਉਂਕਿ ਹੂਡੀਜ਼ ਵਗੈਰਾ ਪਾਈਆਂ ਹੁੰਦੀਆਂ ਬੱਚਿਆਂ ਨੂੰ ਕਈ ਵਾਰੀ ਉਹਨਾਂ ਨਜ਼ਰ ਨਹੀਂ ਆਉਂਦੇ ਔਰ ਇਸ ਦੇ ਨਾਲ ਨਾਲ ਬੱਚਿਆਂ ਦੇ ਕੋਲ ਇੱਕ ਫਲੈਸ਼ਲਾਈਟ ਜ਼ਰੂਰ ਹੋਣੀ ਚਾਹੀਦੀ ਹੈ ਔਰ ਵੈਲ ਲਿਟ ਸਟਰੀਟਸ ਜਿਨ੍ਹਾਂ ਦੇ ਉੱਪਰ ਪ੍ਰੋਪਰ ਲਾਈਟ ਹੈ ਉਹਨਾਂ ਸਟਰੀਟਸ ਦੇ ਉੱਪਰ ਹੀ ਬੱਚੇ ਜਾਣ ਔਰ ਇਸ ਤੋਂ ਇਲਾਵਾ ਸਾਈਡਵਾਕ ਦੀ ਵਰਤੋਂ ਕਰਨ ਗਰੁੱਪਸ ਦੇ ਵਿੱਚ ਟਰੈਵਲ ਕਰਨ ਬੱਚੇ ਔਰ ਨਾਲ ਦੇ ਨਾਲ ਉਹਨਾਂ ਹੀ ਨੇਬਰਹੂਡਸ ਤੇ ਜਾਣ ਜਿੱਥੇ ਉਹ ਜਾਣ ਜਿਨ੍ਹਾਂ ਨੂੰ ਉਹ ਜਾਣਦੇ ਨੇ ਔਰ ਸਿਰਫ ਉਹਨਾਂ ਕਰਨ ਦੇ ਉੱਪਰ ਰੁਕਣ ਜਿੱਥੇ ਕਿ ਲਾਈਟ ਜਿਹੜੀਆਂ ਹੈ ਔਨ ਹੈਗੀਆਂ ਲਾਈਟਾਂ ਚਲੀਆਂ ਹੋਈਆਂ ਨੇ ਇਸ ਦੇ ਨਾਲ ਨਾਲ ਡਰਾਈਵਰਸ ਨੂੰ ਵੀ ਕਿਹਾ ਜਾ ਰਿਹਾ ਹੈ ਕਿ ਤੁਸੀਂ ਜ਼ਿਆਦਾ ਧਿਆਨ ਦੇਣਾ ਹੈ ਸਪੀਡ ਲਿਮਿਟ ਦਾ ਖਾਸ ਕਰਕੇ ਸੜਕਾਂ ਦੇ ਉੱਪਰ ਅੱਜ ਰਾਤ ਨੂੰ ਕਿਉਂਕਿ ਕਾਸਟੂਮਸ ਦੇ ਵਿੱਚ ਬੱਚੇ ਹੁੰਦੇ ਨੇ ਔਰ ਬੱਚੇ ਕਈ ਵਾਰੀ ਕਾਰਾਂ ਦੇ ਪਿੱਛੋਂ ਦੇ ਇੱਕਦਮ ਪਾਰਕਿੰਗ ਲੋਟ ਚੋਂ ਨਿਕਲ ਕੇ ਆ ਜਾਂਦੇ ਨੇ ਕਿਉਂਕਿ ਆਪਣੇ ਗਰੁੱਪ ਨੂੰ ਫੋਲੋ ਕਰ ਰਹੇ ਹੁੰਦੇ ਐ ਔਰ ਬੱਚੇ ਗਲਤੀ ਕਰ ਸਕਦੇ ਐ ਅੱਜ ਦੇ ਦਿਨ ਇਸ ਕਰਕੇ ਜਿਹੜੇ ਡਰਾਈਵਰਸ ਨੇ ਉਹਨਾਂ ਦੀ ਹੋਰ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਇਹਨਾਂ ਸੜਕਾਂ ਨੂੰ ਜਿਹੜਾ ਬੱਚ